ਉਹੀ ਬੰਦਾ ਬਿੱਲ ਦੇਣ ਦਿਆ, ਉਹੀ ਬੰਦਾ ਦਵਾਈ ਦੇਣ ਦਿਆ, ਉਹੀ ਬੰਦਾ ਪਰਚੀ ਕੱਟਣ ਦਿਆ, ਉੱਤੇ ਫੇਰ ਲੈਣ ਦੀ ਸੋਚਦਾ। ਕਿੰਨੇ ਸਾਲਾਂ ਦੀ ਕੁੜੀ, ਕਿੰਨੇ ਸਾਲਾਂ ਦੀ ਲੱਖ ਰੁਪਏ ਦੀ ਦਵਾਈ ਮੰਗਾ ਕੇ ਦੇਣ ਦੇ, ਕਿੰਨੇ ਕੁੜੀ ਦਰਦ ਹੋ ਗਈ ਆ। ਮੇਰੀ ਸਿਸਟਰ ਹੀ ਜੋੜਾ ਫੜ ਗਿਆ ਭਰਿਆ ਉਹਨਾਂ ਨੇ ਤੇ ਸਪੇਸ਼ ਨੇ ਤਾਂ ਮੇਰੀ ਸਿਸਟਰ ਹੀ ਭਾਜੀ ਅੱਜ ਤੋਂ 5 ਕੁ ਦਿਨ ਪਹਿਲੇ ਭਾਜੀ ਇਹਨਾਂ ਕੋਲ ਆਏ ਆਪਾਂ ਉਹਦੇ ਪੇਟ ਦੇ ਵਿੱਚ ਭਾਜੀ ਪੱਥਰੀ ਸੀ ਆਪਾਂ ਇਲਾਜ ਕਰਾਉਣ ਇਹਨਾਂ ਕੋਲ ਆਏ ਆ ਤੇ ਵੀ ਦੋਨਾਂ ਕੋਲ ਉਹਨਾਂ ਦੇ ਕਹਿੰਦੇ ਕਿ ਇਹਨੂੰ ਜੋਂਡੀਅਸ ਹੋ ਗਿਆ ਪੀਲੀਆ ਹੋ ਗਿਆ ਵੇਖੋ ਪੀਲੀਆ ਹੋ ਗਿਆ ਜਾਂ ਕਹਿੰਦੇ ਅਸੀਂ ਸਟੰਟ ਪਾਉਣਾ ਆਪਾਂ ਪੀਲੀਆ ਰੋਕਣਾ ਉਸ ਤੋਂ ਬਾਅਦ ਇਹਨੂੰ ਹੱਥ ਪਾਉਣਾ ਦਾ ਆਪਰੇਟ ਕਰਨਾ ਠੀਕ ਹੈ ਜੀ 20 ਸਾਲ ਉਹਦੀ ਉਮਰ ਹੈ ਕੇਸਰ ਦੀ ਆਪਾਂ ਕਿਹਾ ਚਲੋ ਠੀਕ ਹੈ ਜੀ ਸਟੰਟ ਪਾਓ ਤੁਸੀਂ ਇਹਨਾਂ ਨੇ ਸਟੰਟ ਪਾਇਆ ਮੈਡਮ ਗਏ ਆ ਐਮਰਜੈਂਸੀ 'ਚ ਬੈਗ ਜਿਹਾ ਲੈ ਕੇ 5 ਮਿੰਟ ਗਏ ਆ ਨਾਲ ਹੀ ਉਹ ਬਾਹਰ ਆ ਗਿਆ ਕਹਿੰਦੇ ਜੀ ਹੋ ਗਿਆ ਦੋ ਦਿਨ ਰੱਖਿਆ ਉਹਨਾਂ ਨੇ ਛੁੱਟੀ ਕਰਤੀ ਘਰ ਭੇਜਤਾ ਘਰ ਗਏ ਆ ਉਹ ਠੀਕ ਸੀ ਨੋਰਮਲ ਸੀ ਉਸ ਤੋਂ ਬਾਅਦ ਸਾਡੇ ਲਾਗੇ ਕਲੀਨਿਕ ਹੈਗਾ ਉਹਨੂੰ ਫਿਰ ਪੇਨ ਹੋਈ ਆ ਉੱਥੇ ਕਲੀਨਿਕ ਤੇ ਲੈ ਗਏ ਆ ਉਹਨਾਂ ਨੇ ਇੰਜੈਕਸ਼ਨ ਇੰਜੁਕਸ਼ਨ ਦਿੱਤੇ ਉਹਦੀ ਪੇਨ ਰਿਲੀਫ ਹੋਈ ਆ ਆਪਾਂ ਫਿਰ ਇਹਦਾ ਐਕਸਰਾ ਕਰਾਇਆ ਪੀਲੀਆ ਨਹੀਂ ਕੱਟਣ ਦਿਆ ਐਕਸਰਾ ਕਰਾਇਆ ਉਹਦੇ ਵਿੱਚ ਕਹਿੰਦੇ ਆ ਕਿ ਸਟੰਟ ਨਹੀਂ ਹੈਗਾ ਇਹਨਾਂ ਨੇ ਸਟੰਟ ਨਹੀਂ ਪਾਇਆ ਸਾਡੇ ਕੋਲ ਧੋਖੇ ਨਾਲ ਪੈਸੇ ਲੈ ਲਏ ਆ ਠੀਕ ਹੈ ਜੀ ਫਿਰ ਇਹਨਾਂ ਨੂੰ ਕਾਲ ਕੀਤੀ ਆ ਕਹਿੰਦੇ ਆ ਪੈਸੇ ਲਿੱਤੇ ਤੁਹਾਡੇ ਕੋਲ ਇਹਨਾਂ ਨੇ ਸਾਡੇ ਕੋਲ ਪਹਿਲੇ 50,000 ਲਿਆ ਭਾਜੀ ਅੱਛਾ ਕਿਹੜਾ ਹਸਪੀਟਲ ਕਿਹੜਾ ਹੈ ਲੀਵਰ ਹਸਪੀਟਲ ਭਾਜੀ ਸੈਲੀਬ੍ਰੇਸ਼ਨ ਮੋਲ ਦੇ ਲੱਗੇ ਲੀਵਰ ਹਸਪੀਟਲ ਅੱਛਾ ਇਹਨਾਂ ਵੱਲੋਂ ਤੁਹਾਨੂੰ ਕਿਹਾ ਗਿਆ ਵੀ ਇਹੀ ਸਟੰਟ ਪਾਇਆਗਾ ਹਾਂਜੀ ਇਹਨਾਂ ਵੱਲੋਂ ਉਹਨੂੰ ਕਿਹਾ ਗਿਆ ਸਟੰਟ ਪਾਇਆ ਪਰ ਐਕਸਰਾ ਰਿਪੋਰਟਸ ਹੈ ਇਹਦੇ ਵਿੱਚ ਭਾਜੀ ਸਟੰਟ ਨਹੀਂ ਬੋਲਦਾ ਪਿਆ ਅੱਜ ਰਿਪੋਰਟਸ ਮੇਰੇ ਕੋਲ ਸਾਰੀ ਆਈ ਆ ਦੂਜੇ ਡਾਕਟਰ ਵੀ ਕਹਿੰਦੇ ਪਏ ਆ ਬਾਹਰ ਦੇ ਡਾਕਟਰ ਵੀ ਕਹਿੰਦੇ ਸਟੰਟ ਨਹੀਂ ਪਿਆ ਉਹ ਚੈਲੰਜ ਕਰਦੇ ਪਏ ਆ ਕਹਿੰਦੇ ਸਟੰਟ ਨਹੀਂ ਪਿਆ ਅਜੇ ਅੰਦਰ ਸਟੰਟ ਪਿਆ ਤਾਂ ਇਹਨਾਂ ਕਾ ਦੱਸੋ ਕਿੱਥੇ ਪਿਆ ਠੀਕ ਹੈ ਜੀ ਉਹ ਸਵੇਰੇ ਲੈ ਕੇ ਆਏ ਆ ਸਵੇਰੇ ਐਕਸਰਾ ਕਰਾਇਆ ਪਹਿਲੇ ਨੋਰਮਲ ਸੀ ਐਕਟੀਵਾ ਤੇ ਭਾ ਕੇ ਲੈ ਕੇ ਆਇਆ
ਕੋਈ ਐਂਬੂਲੈਂਸ ਨਹੀਂ ਆਏ, ਕੋਈ ਆਪਾਂ ਨੂੰ ICU 'ਚ ਨਹੀਂ ਰੱਖਿਆ ਰਾਤੀ, ਸਵੇਰੇ ਆਇਆ ਨੋਰਮਲ ਸੀ। ਇੱਥੇ ਗੇਟ ਚੜ੍ਹੇ ਆ, ਗੇਟ ਚੜ੍ਹੇ ਇਹਨਾਂ ਦਾ, ਇਹ ਕਹਿੰਦੇ ਆ ਜੀ ਉਹਨੂੰ ਸਾਹ ਨਹੀਂ ਆ ਰਹੇ, ਉਹਨੂੰ ICU 'ਚ ਲੈ ਕੇ ਜਾਣਾ, 50,000 ਜਮ੍ਹਾਂ ਕਰਾ ਦਿਓ। ਆਪਾਂ ਭਾਅ ਜੀ 50,000 ਰੁਪਏ ਅੱਗੇ ਫੜ ਕੇ ਜਮ੍ਹਾਂ ਕਰਾ ਦਿੱਤਾ, ਜਮ੍ਹਾਂ ਕਰਵਾ ਦਿੱਤਾ। ਉਸ ਤੋਂ ਬਾਅਦ ਜੀ ਉਹਨੂੰ ਸਾਹ ਨਹੀਂ ਆ ਰਹੇ, ਇਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ। ਭਾਅ ਜੀ ਇਹਨਾਂ ਨੂੰ ਆਪਾਂ 1.5 ਲੱਖ ਰੁਪਇਆ ਟੋਟਲ ਦੇ ਚੁੱਕੇ ਹਾਂ, ਉਹਨਾਂ ਨੂੰ ਕਹਿੰਦੇ 50,000 ਹੋਰ ਦਿਓ ਤੇ ਤੁਹਾਨੂੰ ਫੇਰ ਆਪਾਂ ਲਾਸ਼ ਦੇਣੀ ਆ। ਹਾਂਜੀ ਡੈਥ ਹੋ ਗਈ ਭਾਅ ਜੀ, ਡੈਥ ਕਲੇਅਰ ਕਰਦਾ ਇਹਨਾਂ ਕੋਲ ਭਾਅ ਜੀ। ਬਾਹਰੋਂ ਜਿਹੜੇ ਵੀ ਆ ਰਹੇ ਆ, ਹਰ ਕੋਈ ਇਹਨਾਂ ਬਾਰੇ ਮਾੜਾ ਹੀ ਬੋਲਦਾ ਪਿਆ, ਕਹਿੰਦਾ ਭਾਅ ਜੀ ਇਹਨਾਂ ਕੋਲ ਲਾਸ਼ ਨਹੀਂ ਹੈਗਾ, ਲੀਵਰ ਦਾ ਸਪੈਸ਼ਲਿਸਟ ਹੈ, ਐਸੀ ਦਾ ਇਲਾਜ ਨਹੀਂਗਾ। ਆਪਾਂ ਸਕੋਟ ਗਏ ਹਾਂ, ਸਕੋਟ ਵਾਲੇ ਵੀ ਇਹੀ ਬੋਲਦੇ ਪਏ ਆ, ਕਹਿੰਦੇ ਭਾਅ ਜੀ ਇਹਨਾਂ ਕੋਲ ਇਲਾਜ ਨਹੀਂਗਾ, ਤੁਸੀਂ ਗਲਤ ਜਗ੍ਹਾ ਚਲ ਗਏ, ਤੁਹਾਡਾ ਇਸ ਕਰਕੇ ਇਹਨਾਂ ਨੇ ਇਹ ਕੰਮ ਕਰਤਾ। ਸਾਡੀ ਭੈਣ ਇਹਨਾਂ ਨੇ 20 ਸਾਲ ਦੀ ਡੈਥ ਕਰਤੀ ਹੈ ਭਾਅ ਜੀ। ਨਾੜੀ ਦੇ ਵਿੱਚ ਤੇ ਪਵਨ ਭਾਟੀ ਦਾ ਹਾਇਆ ਸੀ, ਉੱਥੇ 2-3 ਦਿਨ ਸੁੱਤੀ ਉਹਦੀ ਪੀੜ ਹੁੰਦੀ ਰਹੀ ਸੀ ਉਹਦੇ, ਤੇ ਉਹ ਪਤਾ ਕੀ ਕਹਿੰਦੇ, ਕਹਿੰਦੇ ਹਜੇ ਸਟੈਂਟ ਵੀ ਇਹਨਾਂ ਨੇ ਪਾਇਆ ਆ, ਦਾਖਲ ਕਰ ਲਿਆ ਤੇ ਅਸਾਂ ਇਹ 11-12 ਵਜੇ, ਕਹਿੰਦੇ ਕੁੜੀ ਠੀਕ ਹੈ, ਕਹਿੰਦੇ ਕੁੜੀ ਖਤਰੇ ਤੋਂ, ਕਹਿੰਦਾ ਕੁੜੀ ਖਤਰੇ ਤੋਂ ਬਾਹਰ। ਮੇਰਾ ਨਾਮ ਗੁਰਲਾਲ ਸਿੰਘ, ਮੈਂ ਕੇਸ ਹਸਬੰਡ ਹੈਗਾ ਨੇ ਸਰ। ਆਪਾਂ ਇਹਨਾਂ ਕੋਲ ਸਵੇਰੇ ਚੰਗੇ ਭਲੇ ਰਹਿਣ ਵਾਲੇ ਸਰ, ਮਜੀਠੇ ਦੇ ਰਹਿਣ ਵਾਲੇ ਹੈਗੇ ਸਰ। ਇਹਨਾਂ ਆਪਾਂ ਸਵੇਰੇ ਚੰਗੇ ਭਲੀ ਸਰ, ਮੇਰੇ ਘਰ ਰਹਿਣੇ ਆਪਾਂ ਲਿਆਂਦਾ, ਐਡਮਿਟ ਕਰਾਇਆ ਆਪਾਂ, ਇਹਨਾਂ ਨੂੰ ਪੂਰਾ ਸਟੰਟ ਪੈ ਜਾਏਗਾ, ਕਹਿੰਦਾ ਆਪਾਂ ਕਿਹਾ ਵੀ ਤੁਹਾਡਾ ਸਟੰਟ ਨਿਕਲ ਗਿਆ ਸਰ, ਇਹ ਕਹਿੰਦੇ ਸਟੰਟ ਪੈ ਜਾਊਗਾ, ਨਿਕਲ ਜਾਂਦਾ ਹੈ ਸਰ। ਚੰਗੇ ਭਲੀ ਕੁੜੀਆਂ ਨੇ 4 ਘੰਟੇ ਪਹਿਲਾਂ ਹੀ ਆਪਣੇ ਬੋਡੀ ਗਾਰਡ ਵਗੈਰਾ ਪਾਊਂਸਰ ਵਗੈਰਾ ਸੱਦ ਲਏ, ਇਹਨਾਂ ਨੂੰ ਪਤਾ ਸੀ ਕਿ ਇਹਦਾ ਡੈਥ ਹੋਣੀ ਹੈ ਸਰ। ਕਿੱਦਾਂ ਸਰ, ਹਰਪ੍ਰੀਤ ਹੋਸਪਿਟਲ ਹੈਗਾ ਜੇ, ਪਲੀਜ਼ ਇਹਨਾਂ ਨੇ ਹੋਸਪਿਟਲ ਵੱਧ ਤੋਂ ਵੱਧ ਐਕਸ਼ਨ ਲਿਆ ਜਾਵੇ, ਹੋਸਪਿਟਲ ਬੰਦ ਕਰਾਇਆ ਜਾਵੇ, ਤਾਂ ਕਿ ਕੋਈ ਹੋਰ ਕੋਈ ਨਾ ਇਦਾਂ ਵਿੱਚ ਫਸੇ ਇਹਨਾਂ ਦੇ, ਹੋਰ ਕੋਈ ਨਾ ਫਸੇ ਸਰ। ਸਰ 1.5-2 ਲੱਖ ਰੁਪਇਆ ਇਹਨਾਂ ਨੇ ਲਿਆ ਸਾਡੇ ਕੋਲ ਸਰ, ਇਹਨਾਂ ਨੇ ਕੋਈ ਸਾਡੀ ਮਤਲਬ ਪੂਰੀ ਨਹੀਂ ਕਰ ਰਹੇ ਜੇ। ਆਪਾਂ ਕਿਹਾ ਆਪਣੇ ਮੇਨ ਡਾਕਟਰ ਸਰ, ਡਾਕਟਰ ਵੀ ਨਹੀਂ ਸੱਦ ਰਹੇ ਆਪਣੇ, ਪਲੀਜ਼ ਸਰ ਆਹ ਦੇਖੋ ਸਰ, ਇੱਥੇ ਇਹਨਾਂ ਨੇ ਸਟੰਟ ਪਾਇਆ ਸੀ, ਇਹ ਦਿਖਾਉਣ ਦੇ ਸੀ ਸਟੰਟ ਪਾਇਆ। ਮੈਂ ਕਿਹਾ ਪਿਓ ਅਗਲੇ ਦਿਨ ਹੀ ਜਾ ਕੇ ਸਰ ਨਿਕਲ ਗਿਆ, ਅਲਟਰਾਸਾਊਂਡ ਕਰਾਈ, ਸੀਟੀ ਸਕੈਨ ਕਰਾਇਆ, ਕੁਛ ਨਹੀਂ ਸ਼ੋ ਹੋਇਆ ਸਰ, ਇਹ ਸਟੰਟ ਪਾਇਆ ਹੀ ਨਹੀਂ ਇਹਨਾਂ ਨੇ ਸਰ। ਆਪਾਂ ਮੰਗ ਕਰਦੇ ਸਾਡੀ ਜਿਹੜੀ ਮੇਰੀ ਘਰ ਵਾਲੀ ਆ, ਜੋ ਵੀ ਇਹਨਾਂ ਨੇ ਕੀਤਾ ਸਾਰੇ ਉਹਦੇ ਡਾਕੂਮੈਂਟ ਵਗੈਰਾ ਲਿਆ ਕੇ ਦੇਣ, ਲੇਕਿਨ ਸਰ ਇਹਨਾਂ ਸਟਾਫ ਨਹੀਂ ਪੂਰਾ ਹੈਗਾ, ਮੈਡੀਕਲ ਆਫਿਸਰ ਤੱਕ ਕਹਿੰਦੇ ਨੇ ਕੰਮ ਖਤਮ, ਜਵਾਬ ਨਹੀਂ ਸਰ ਹੈਗਾ, ਕੀ ਗੱਲ ਖਤਮ ਦੱਸੋ ਜਵਾਬ ਸਰ, ਕੋਈ ਨੀ ਗੱਲ ਕਰਨ ਲਾਉਣ ਡਿਆ, ਅੰਦਰ ਵੜ ਕੇ ਲੁੱਕ ਕੇ ਬੈਠੇ, ਚੋਰ ਹੈਗੇ, ਚੋਰ ਹੈਗੇ ਜੇ, ਚੋਰ ਹੈਗੇ ਸਰ, ਚੋਰ ਹੈਗੇ ਬੜੀ, ਚੋਰ ਹੈਗੇ ਸਰ। ਇਹਨਾਂ 1.5-2 ਲੱਖ ਰੁਪਇਆ ਲੱਗ ਗਿਆ, ਆਪਾਂ ਮੰਗ ਕਰਦੇ ਸਾਡੇ 1-1 ਰੁਪਇਆ ਵਾਪਸ ਕਰਨੇ, 1-1 ਰੁਪਇਆ ਸਾਡਾ, 1-1 ਰੁਪਇਆ ਨਜਾਇਜ਼ ਲੱਗਾ ਹੈ। ਕੀ ਮਸਲਾ ਹੈਗਾ ਸਰ ਜਿਹੜਾ ਇਹਨਾਂ ਦਾ ਮਸਲਾ? ਤੇ ਡਾਕਟਰ ਸਾਹਿਬ ਕੋਲ ਗਏ ਆ, ਇਹ ਪੁੱਛਿਆ ਆ, ਡਾਕਟਰ ਸਾਹਿਬ ਕਹਿੰਦੇ ਪੇਸ਼ੈਂਟ ਜਿਹੜਾ ਸੁਬਾਹ ਸੀਰੀਅਸ ਆ, ਇਹ ਸਾਡੇ ਕੋਲ ਮਤਲਬ 8-9 ਵਜੇ ਨਾਲ ਇੱਥੇ ਦਾਖਲ ਹੋਇਆ, ਜਿਹਨਾਂ ਦੀ ਦੌਰਾਨੇ ਇਲਾਜ ਜਿਹੜੀ ਆ ਡੈਥ ਹੋ ਗਈ। ਇਹਨਾਂ ਵੱਲੋਂ ਸਰ ਮੈਂਬਰਾਂ ਦਾ ਆਰੋਪ ਆ ਕਿ ਸਟੰਟ ਪਾਇਆ ਸੀ, ਉਹਦੇ ਪਰ ਸਟੰਟ ਨਹੀਂ ਪਿਆ ਨਿਕਲਿਆ। ਨਹੀਂ ਇਹਦੇ ਬਾਰੇ ਮੈਨੂੰ ਨਹੀਂ ਕੋਈ ਜਾਣਕਾਰੀ।
ਪਰਿਵਾਰਕ ਮੈਂਬਰ ਦਾ ਕਹਿਣਾ ਕੁੜੀ ਜਿਹੜੀ ਐਕਟਰ ਚੰਗੀ ਭਲੀ ਆਈ ਆ। ਹਾਂਜੀ ਡਾਕਟਰ ਨੇ ਕੀ ਆਖਿਆ ਕਿ ਉਹਨਾਂ ਦੀ ਲਾਪਰਵਾਹੀ ਇਸ ਬਾਰੇ ਮੈਨੂੰ ਬੜਾ ਵੀ ਐਕਟਰ ਨੇ ਡਾਕਟਰ ਨੇ ਇਹ ਮੈਨੂੰ ਦੱਸਿਆ ਵੀ ਅਗਰ ਕੋਈ ਡਾਕਟਰ ਦੋਸ਼ੀ ਪਾਇਆ ਗਿਆ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਮੰਨ ਲਈ ਕਿ ਉਹਨੀ ਕਾਰਵਾਈ ਹੋਊਗੀ। ਸਰ ਕਿਹੜਾ ਹਸਪਤਾਲ ਹੈਗਾ ਸੀ ਜੀ? ਕਿਸ ਤਰ੍ਹਾਂ ਦਾ ਹਸਪੀਟਲ ਹੈ ਇੱਥੇ? ਇਹ ਡਾਕਟਰ ਹਰਪ੍ਰੀਤ ਸਿੰਘ ਹੋਣਾ ਦਾ ਹੈ ਜੀ ਹਸਪਤਾਲ। ਠੀਕ ਹੈ ਜੀ। ਹਾਂਜੀ।